ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਸੂਟਾਂ ਦੇ ਬਾਰੇ। ਅੱਜ ਆਪਾਂ ਸੂਟਾਂ ਬਾਰੇ ਪਾਵਾਂਗੇ। ਬਹੁਤ ਸੋਹਣੇ ਕਰੇਵ ਦੇ ਸੂਟ ਨੇ, ਬਹੁਤ ਹੀ ਕਲਰ ਨੇ ਉਹਨਾਂ ਦੇ ਵਿੱਚ, ਬਹੁਤ ਵਧੀਆ ਦੇ ਵਿੱਚ ਕਰੇਵ ਆ। ਜਿਨ੍ਹਾਂ ਨੂੰ ਦੇਖੋ ਕਰੇਵ ਬਾਰੇ ਪਹਿਚਾਣ ਆ, ਉਹਨਾਂ ਨੂੰ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ, ਕਿਉਂਕਿ ਫਿਲਹਾਲ ਕਰੇਵ ਬਹੁਤ ਤਰ੍ਹਾਂ ਦੀ ਆ ਰਹੀ ਆ। ਹਲਕੇ ਵਿੱਚ ਵੀ ਆ ਰਹੀ ਆ, ਬਹੁਤ ਵਧੀਆ ਦੇ ਵਿੱਚ ਵੀ ਆ ਰਹੀ ਆ, ਮਿਕਸ ਵੀ ਆ ਰਹੀ ਹੈਗੀ, ਦੋਨੇ ਤਿੰਨੇ ਤਰ੍ਹਾਂ ਦੀ ਆਪਣੇ ਕਰੇਵ ਆ ਰਹੀ ਹੈਗੀ। ਜਿਹੜੀ ਆਪਣੇ ਕੋਲੇ ਕਰੇਵ ਆ, ਦੇਖੋ ਇਹ ਅਰਜਨ ਦੇ ਕਰੇਵ ਦੇ ਕਲਰ ਨੇ, ਇਹ ਸਾਰੇ ਕਲਰ ਨੇ ਆਪਣੇ ਕੋਲੇ, ਆਪਣੇ ਕੋਲੇ ਸਾਰੇ ਤਰ੍ਹਾਂ ਦੀ ਕਰੇਵ ਦਿੱਤੀ ਹੋਈ ਹੈ। ਦੇਖੋ ਇਹਦੇ ਵਿੱਚ ਇਹ ਪਿਓਰ ਦੇ ਵਿੱਚ ਕਰੇਵ ਆ, ਕਲਰ ਬਹੁਤ ਜ਼ਿਆਦਾ ਨੇ ਇਹਨਾਂ ਦੇ ਵਿੱਚ। ਜੇ ਕਿਸੇ ਨੇ ਵੀ ਇਹਨਾਂ ਦੇ ਵਿੱਚੋਂ ਸੂਟ ਸਾਡੇ ਤੋਂ ਲੈਣਾ ਹੋਵੇ ਤਾਂ ਅਸੀਂ ਸੂਟ ਤੁਹਾਨੂੰ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟ ਦੇ ਵਿੱਚ ਸੂਟ ਦੇਵਾਂਗੇ। ਦੇਖੋ ਬਾਜ਼ਾਰ ਦੇ ਵਿੱਚ 1000 ਦਾ, 1200 ਦਾ ਆਮ ਨੋਰਮਲ ਮਿਲਦੇ ਹੀ ਮਿਲਦਾ ਹੈਗਾ ਸੂਟ। ਪਰ ਇਹ ਆਪਣੇ ਕੋਲ ਜਿਹੜੀ ਕਰੇਵ ਆ, ਇਹ ਅਰਜਨ ਦੀ ਕਰੇਵ ਆ, ਜਿਹੜੀ ਵਧੀਆ ਦੇ ਵਿੱਚ ਆ। ਤੁਸੀਂ ਪਲੇਨ ਸੂਟਾਂ ਤੇ ਜਿਵੇਂ ਅੱਜ ਕੱਲ੍ਹ ਐਮਬਰਾਇਡਰੀ ਵਗੈਰਾ ਚੱਲਦੀ ਆ, ਦੇਖੋ ਆਪਾਂ ਉਹ ਕਰਾਉਂਦੇ ਹਾਂ, ਹੈਵੀ ਵਰਕ ਵੀ ਕਰਵਾ ਲੈਂਦੇ ਹਾਂ। ਰੈਡੀਮੇਡ ਸੂਟਾਂ ਤੇ ਦੇਖੋ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਬਾਜ਼ਾਰ ਦੇ ਵਿੱਚੋਂ ਸੂਟ ਲੈ ਕੇ ਆਉਂਦੇ ਹਾਂ, ਦੁਪੱਟੇ ਹੈਵੀ ਵਰਕ ਕਰੇ ਹੁੰਦੇ ਨੇ, ਤੇ ਉਸ ਤਰ੍ਹਾਂ ਦੀ ਤੁਸੀਂ ਇਹਨਾਂ ਦੇ ਉੱਪਰ ਪਲੇਨ ਸੂਟਾਂ ਦੇ ਉੱਪਰ ਆਪਣੀ ਮਨਪਸੰਦ ਦਾ ਵਰਕ ਵੀ ਕਰਵਾ ਸਕਦੇ ਹੋਗੇ। ਉਹ ਤੁਹਾਡੀ ਆਪਣੀ ਚੋਇਸ ਰਹੂਗੀ ਤੁਸੀਂ ਕਿੱਦਾਂ ਦਾ ਵਰਕ ਕਰਵਾਉਣਾ ਗਾ। ਫਿਲਹਾਲ ਆਪਣੇ ਕੋਲ ਇਹ ਕਰੇਵ ਦੇ ਸੂਟ ਨੇ, ਜਿਵੇਂ ਬਾਜ਼ਾਰ ਦੇ ਵਿੱਚ ਆਪਾਂ ਨੂੰ 1000 ਦਾ, 1200 ਦਾ ਸੂਟ ਮਿਲ ਰਿਹਾ, ਇਹ ਤੁਹਾਡੇ ਵਾਸਤੇ ਅਸੀਂ 650 ਰੁਪਏ ਦਾ ਸੂਟ ਦੇਵਾਂਗੇ। ਬਹੁਤ ਹੀ ਘੱਟ ਰੇਟ ਹੈ, ਕਿਤੋਂ ਵੀ ਤੁਸੀਂ ਰੇਟ ਪਤਾ ਕਰਕੇ ਆ ਸਕਦੇ ਹੋਗੇ ਤੇ ਕੱਪੜਾ ਦੇਖ ਕੇ ਇਹ ਲੈ ਸਕਦੇ ਹੋਗੇ। ਹਾਂਜੀ, ਜਿਹੜੀ ਇਹ ਕਰੇਬ ਆ ਗਈ, ਦੇਖੋ ਆਪਾਂ 5 ਮੀਟਰ ਦਾ ਕੱਟ ਸੂਟ ਲੈਨੇ ਆਗੇ, ਆਪਾਂ ਉਹਨੂੰ ਵੇਟ ਦੇ ਹਿਸਾਬ ਨਾਲ ਵੀ ਪਹਿਚਾਣ ਸਕਦੇ ਹਾਂ ਵੀ ਇਹ ਹਲਕੀ ਆ ਜਾਂ ਭਾਰੀ ਆ, ਵੀ ਵਧੀਆ ਦੇ ਵਿੱਚ ਆ ਗਈ। ਅਸੀਂ 5 ਮੀਟਰ ਸੂਟ ਦੀ ਕਟਿੰਗ ਦਾ ਵੇਟ ਖੁਦ ਕਰਕੇ ਦੇਖਿਆ, 480 ਗ੍ਰਾਮ ਵੇਟ ਹੈਗਾ। ਕਈ ਵਾਰ ਜੇ ਇਹ ਹਲਕੇ ਵਿੱਚ ਆਉਂਦੀ ਆ ਤਾਂ ਦੇਖੋ ਕਈ ਵਾਰ ਘੱਟ ਵੀ ਜਾਂਦਾ, 350 ਗ੍ਰਾਮ ਦੇ ਸੂਟ ਬਣ ਜਾਂਦਾ, ਕਿਉਂਕਿ ਹਲਕੀ ਹੁੰਦੀ ਆ ਤੇ ਛਿੱਜਦੀ ਵੀ ਆ। ਜਿਹੜੀ ਇਹ ਵਧੀਆ ਦੇ ਵਿੱਚ ਪਿਓਰ ਕਰੇਵ ਆ, ਅਰਜਨ ਦੀ ਕਰੇਵ ਆ ਗਈ, ਇਹ ਨਾ ਤਾਂ ਬਿਲਕੁਲ ਵੀ ਛਿੱਜਦੀ ਆ ਗਏ ਤੇ ਨਾ ਹੀ ਖਰਾਬ ਹੁੰਦੀ ਆ ਗਈ, ਤੁਸੀਂ ਕਿਵੇਂ ਮਰਜ਼ੀ ਵਰਕ ਕਰਵਾ ਸਕਦੇ ਹੋ। ਜਿਹੜੀ ਹਲਕੇ ਵਿੱਚ ਕਰੇਵ ਹੁੰਦੀ ਆ, ਦੇਖੋ ਵਰਕ ਕਰਾਉਣ ਵੇਲੇ ਵੀ ਖਿੱਚੀ ਜਾਂਦੀ ਆ, ਵਰਕ ਦੇ ਕੋਲੋਂ ਖਿੰਡ ਜਾਂਦੀ ਆ ਬਿਲਕੁਲ, ਤੇ ਇਹ ਇਸ ਤਰ੍ਹਾਂ ਦੀ ਕਰੇਵ ਨਹੀਂ ਹੈਗੀ। ਜੇ ਕਿਸੇ ਨੂੰ ਵੀ ਸੂਟ ਦੀ ਜ਼ਰੂਰਤ ਹੋਊਗੀ ਤਾਂ ਸਾਨੂੰ ਤੁਸੀਂ ਇਹ ਸਾਡੀ ਸ਼ੋਪ ਤੋਂ ਸੂਟ ਲੈ ਸਕਦੇ ਹੋਗੇ, ਤੇ ਬਹੁਤ ਹੀ ਘੱਟ ਰੇਟ ਮਿਲੂਗਾ ਤੁਹਾਨੂੰ ਬਾਜ਼ਾਰ ਨਾਲੋਂ। ਤੇ ਕਲਰ ਵੀ ਫਿਲਹਾਲ ਸਾਰੇ ਕਲਰ ਹੀ ਮਿਲਣਗੇ, ਕੋਈ ਇਹੋ ਜਿਹਾ ਕਲਰ ਨਹੀਂ ਹੋਣਾ ਜਿਹੜਾ ਤੁਹਾਨੂੰ ਨਹੀਂ ਵੀ ਮਿਲੂਗਾ, ਸਾਰੇ ਕਲਰ ਨੇ। ਦੇਖੋ ਕਰੇਬ ਦੇ ਵਿੱਚ ਬਹੁਤ ਹੀ ਘੱਟੋ ਘੱਟ 25-30 ਕਲਰ ਨੇ ਇਹਦੇ ਵਿੱਚ ਆਪਣੇ ਕੋਲੇ, ਤੇ ਇਹਦੇ ਵਿੱਚ ਆਹ ਪਰਪਲ ਕਲਰ ਵੀ ਆ, ਮਹਿਰੂਨ ਕਲਰ ਵੀ ਆ ਗਿਆ, ਤੇ ਆਹ ਇਦਾਂ ਦੇ ਰੈਸਟ ਕਲਰ ਦੇ ਵਿੱਚ ਵੀ ਆ, ਫਰੋਜੀ ਕੌਫੀ ਸ਼ੇਡ, ਬਹੁਤ ਕਲਰ ਨੇ ਦੇਖੋ ਇਹਦੇ ਵਿੱਚ। ਹਾਂਜੀ, ਜਿਵੇਂ ਦੇਖੋ ਸਾਰੇ ਸਾਡੇ ਕੋਲੇ ਸਿਲੈਕਟਡ ਕਲਰ ਨੇਗੇ, ਕੋਈ ਇਦਾਂ ਦਾ ਕਲਰ ਨਹੀਂ ਹੈਗਾ ਜਿਹੜਾ ਵੀ ਮੰਨ ਲਓ ਆਪਾਂ ਕਹਿ ਦਈਏ ਵੀ ਇਹਦਾ ਟ੍ਰੈਂਡ ਚੱਲਿਆ ਗਿਆ, ਟ੍ਰੈਂਡਿੰਗ ਦੇ ਹਿਸਾਬ ਤੇ ਕਲਰ ਨੇਗੇ। ਕਈ ਵਾਰ ਆਪਣੇ ਕੋਲੇ ਸਕਰੀਨ ਦੇ ਉੱਤੇ, ਫੋਨ ਦੇ ਉੱਤੇ ਆਪਾਂ ਨੂੰ ਕਲਰ ਸਹੀ ਵੀ ਨਜ਼ਰ ਨਹੀਂ ਆਉਂਦਾ ਹੈਗਾ, ਪਤਾ ਨਹੀਂ ਚੱਲਦਾ, ਡਾਰਕ ਲਾਈਟ ਦਿਖਣ ਲੱਗ ਜਾਂਦੇ ਨੇ ਕਲਰ। ਫਿਲਹਾਲ ਕਲਰ ਬਹੁਤ ਪਿਆਰੇ ਕਲਰ ਨੇ, ਦੇਖੋ ਇਹ ਨਵੇਂ ਕਲਰ ਨੇਗੇ, ਕੋਈ ਆਪਾਂ ਐ ਨਹੀਂ ਕਹਿ ਸਕਦੇ ਇਹ ਤਾਂ ਪਿਛਲੇ ਟਾਈਮ ਵਾਲੇ ਸੀ ਜਾਂ ਪਹਿਲਾਂ ਵਾਲੇ ਪਏ ਸੀਗੇ ਜਾਂ ਇਹਨਾਂ ਦਾ ਟ੍ਰੈਂਡਿੰਗ ਨਹੀਂ ਹੈਗੀ। ਇਹ ਫਿਲਹਾਲ ਜਿਵੇਂ ਅੱਜ ਕੱਲ੍ਹ ਚੱਲ ਰਹੇ ਨੇ ਮੈਰਿਜ ਵਗੈਰਾ ਤੇ ਆਪਾਂ ਪਾਉਣ ਵਾਸਤੇ ਕਲਰ ਲੈਨੇ ਆਗੇ, ਉਸ ਹਿਸਾਬ ਦੇ ਸਾਰੇ ਕਲਰ ਨੇ ਆਪਣੇ ਕੋਲੇ। ਜੇ ਕਿਸੇ ਨੂੰ ਵੀ ਜ਼ਰੂਰਤ ਹੋਊਗੀ ਤਾਂ ਤੁਸੀਂ 650 ਦੇ ਵਿੱਚ ਸਾਡੀ ਸ਼ੋਪ ਤੋਂ ਲੈ ਕੇ ਲਿਜਾ ਸਕਦੇ ਹੋ। ਇਹਨਾਂ ਬਾਰੇ ਦੱਸ ਚੁੱਕੀ ਹਾਂ, ਕਰੇਵ ਦੇ ਬਾਰੇ ਦੇਖੋ ਇਹਨਾਂ ਦੇ ਵਿੱਚ ਹੀ ਅਸੀਂ ਨੇ ਆਹ ਵਰਕ ਕਰਵਾਇਆ ਹੈਗਾ, ਇਹ ਆਰੀ ਵਰਕ ਤੇ ਹੈਂਡ ਵਰਕ ਦੇ ਵਿੱਚ ਅਸੀਂ ਨੇ ਸੂਟ ਤਿਆਰ ਕਰਵਾਇਆ ਹੈਗਾ। ਇਹਦੇ ਵਿੱਚ ਕਈ ਸੂਟ ਨੇ ਦੇਖੋ ਵਰਕ ਕਰੇ ਹੋਏ, ਕਲਰ ਵੀ ਅਲੱਗ ਅਲੱਗ ਨੇ। ਆਹ ਆਪਣੇ ਕੋਲੇ ਪਿੰਕ ਦੇ ਵਿੱਚ ਕਲਰ ਆ, ਇਹਨਾਂ ਦਾ ਵਰਕ ਅਲੱਗ ਦਿੱਤਾ ਹੋਇਆ ਹੈਗਾ। ਨਾਲ ਦੁਪੱਟਾ ਦੇਖੋ ਅਸੀਂ ਇਹਦੇ ਵਿੱਚ ਔਰਗੈਂਜਾ ਦਾ, ਪਿਓਰ ਔਰਗੈਂਜਾ ਦੇ ਵਿੱਚ ਦੁਪੱਟਾ ਡਾਈ ਕਰਵਾਇਆ ਹੈਗਾ। ਫਿਲਹਾਲ ਵਿੱਚ ਦੇ ਲੈਸ ਅਸੀਂ ਲਗਾ ਰੱਖੀ ਆ, ਵੀ ਕਈਆਂ ਦੇ ਨਹੀਂ ਵੀ ਲਗਾਈ ਹੈਗੀ ਲੈਸ, ਉਹ ਤੁਹਾਨੂੰ ਅਸੀਂ ਲੈਸ ਲਗਾ ਕੇ ਦੇਵਾਂਗੇ। ਦੇਖੋ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਵੀ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਦੇਵਾਂਗੇ ਅਸੀਂ। ਇਹਨਾਂ ਦੇ ਵਿੱਚ ਆਪਣੇ ਕੋਲੇ ਕਲਰ ਕਈ ਨੇ, ਵਰਕ ਕਈ ਨੇ ਕਰੇ ਹੋਏ ਨੇ, ਅਲੱਗ ਅਲੱਗ ਤਰ੍ਹਾਂ ਦੇ ਵਰਕ ਕਰੇ ਹੋਏ ਨੇ। ਦੇਖੋ ਇਹਦਾ ਅਲੱਗ ਤੋਂ ਵਰਕ ਕਰਿਆ ਹੋਇਆ ਹੈਗਾ, ਆਹ ਸੂਟ ਦਾ ਇਹਦਾ ਅਲੱਗ ਤੋਂ ਵਰਕ ਕਰਿਆ ਹੋਇਆ ਹੈਗਾ।
ਤੇ ਜੇ ਕਿਸੇ ਨੂੰ ਵੀ ਸੂਟ ਏਦਾਂ ਦਾ ਲੈਣਾ ਹੋਵੇ ਤਾਂ ਅਸੀਂ ਸਿਰਫ 1800 ਦੇ ਵਿੱਚ ਤੁਹਾਨੂੰ ਸੂਟ ਦੇਵਾਂਗੇ। ਬਹੁਤ ਹੀ ਪਿਆਰਾ ਵਰਕ ਕਰਿਆ ਹੋਇਆ, ਆਰੀ ਵਰਕ ਤੇ ਹੈਂਡ ਵਰਕ ਸੂਟ ਕਰਿਆ ਹੋਇਆ ਹੈ ਆਪਣਾ। ਇਹ ਆਪਾਂ ਵਿੱਧ ਦੁਪੱਟਾ ਦੇਵਾਂਗੇ, ਤੁਹਾਨੂੰ ਨਾਲ ਦੁਪੱਟਾ ਦੇਣਾ ਗਾ ਔਰਗੈਂਜਾ ਦੇ ਵਿੱਚ, ਪਿਓਰ ਔਰਗੈਂਜਾ ਦੇ ਵਿੱਚ ਦੁਪੱਟਾ ਗਾ ਦੇਖੋ, ਤੇ ਨਾਲ ਲੇਸ ਵਗੈਰਾ ਲੱਗੀ ਹੋਈ ਹੈ ਇਹਨਾਂ ਦੇ ਨਾਲ, ਤੇ ਵਰਕ ਬਹੁਤ ਸੋਹਣਾ ਕਰਿਆ ਹੈ। ਜੇ ਕਿਸੇ ਨੂੰ ਵੀ ਏਦਾਂ ਦੇ ਸੂਟ ਦੀ ਜ਼ਰੂਰਤ ਹੋਵੇ ਤਾਂ 1800 ਦੇ ਵਿੱਚ ਅਸੀਂ ਸੂਟ ਦੇ ਰਹੇ ਹਾਂਗੇ, ਤੇ ਤੁਸੀਂ ਲਿਜਾ ਸਕਦੇ ਹੋ। ਇਹਨਾਂ ਦੇ ਵਿੱਚ ਕਈ ਕਲਰ ਨੇ ਦੇਖੋ, ਇੱਕ ਪੈਰਟ ਕਲਰ ਆ ਗਿਆ, ਕਈ ਵਾਰ ਸਕਰੀਨ ਤੇ ਆਪਾਂ ਨੂੰ ਜਮਾਂ ਪਿਓਰ ਕਲਰ ਉਹੀ ਨਹੀਂ ਨਜ਼ਰ ਆਉਂਦਾ ਹੈਗਾ, ਇਹ ਪੈਰਟ ਗ੍ਰੀਨ ਕਲਰ ਆ ਗਿਆ, ਇਹ ਪਿੰਕ ਦੇ ਵਿੱਚ ਆ ਗਿਆ, ਇਹ ਮਹਿੰਦੀ ਸ਼ੇਡ ਜੇ ਦੇ ਵਿੱਚ ਆ ਗਿਆ, ਇਹ ਫਰੋਜੀ ਕਲਰ ਆ ਗਿਆ, ਇਹ ਪਿਸਤਾ ਕਲਰ ਆ ਗਿਆ। ਹਾਂਜੀ, ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਨੇ ਦੱਸਿਆ ਸੀਗਾ ਕਰੇਪ ਦੇ ਸੂਟਾਂ ਬਾਰੇ, ਪਸ਼ਮੀਨੇ ਦੇ ਬਾਰੇ ਤੇ ਕੁੜਤੇ ਪਜਾਮਿਆਂ ਦੇ ਬਾਰੇ ਦੱਸਿਆ ਸੀਗਾ, ਤੇ ਆਪਣੇ ਕੋਲੇ ਦੁਪੱਟੇ ਵੀ ਨੇ, ਪਿਓਰ ਦੇ ਦੁਪੱਟੇ, ਚਨੋਨ ਦੇ, ਹਾਫ ਚਨੋਨ ਦੇ ਵਿੱਚ ਦੁਪੱਟਾ, ਫੁੱਲ ਪਿਓਰ ਨਹੀਂ ਹੈਗਾ, ਫੁੱਲ ਚਨੋਨ ਦੇ ਵਿੱਚ ਨਹੀਂ ਹੈਗਾ, ਹਾਫ ਚਨੋਨ ਆ ਤੇ ਪਿਓਰ ਦੇ ਵਿੱਚ ਦੁਪੱਟੇ ਨੇ। ਜੇ ਕਿਸੇ ਨੂੰ ਉਹ ਦੁਪੱਟਿਆਂ ਦੀ ਵੀ ਜ਼ਰੂਰਤ ਆ, ਆਪਾਂ ਬਾਜ਼ਾਰ ਨੂੰ 50% ਡਿਸਕਾਊਂਟ ਦੇ ਦੁਪੱਟੇ ਦੇਵਾਂਗੇ। ਜੇ ਕਿਸੇ ਨੂੰ ਵੀ ਜ਼ਰੂਰਤ ਆ ਦੇਖੋ ਦੁਪੱਟਿਆਂ ਦੀ, ਤਾਂ ਤੁਸੀਂ ਸਾਡੀ ਸ਼ੋਪ ਤੋਂ ਦੁਪੱਟੇ ਲੈ ਸਕਦੇ। ਹਾਂਜੀ, ਕੋਈ ਜ਼ਰੂਰੀ ਨਹੀਂ ਹੁੰਦਾ ਆਪਾਂ ਨੂੰ ਵੀ ਆਪਾਂ ਨੇ ਐਮਬਰਾਇਡਰੀ ਕਰਾਉਣੀ ਆ ਸੂਟ ਦੇ ਉੱਪਰ, ਫਿਲਹਾਲ ਕੋਈ ਉਹ ਵੀ ਜ਼ਿਆਦਾ ਮਹਿੰਗੀ ਨਹੀਂ ਪੈਂਦੀ ਹੈਗੀ। ਆਪਾਂ ਜਿਵੇਂ ਨੋਰਮਲ ਸੂਟ ਵਰਕ ਕਰਾ ਰਹੇ ਹਾਂ ਤਾਂ 600-700 ਦਾ ਵਰਕ ਹੋ ਜਾਂਦਾ, ਦੇਖੋ 650 ਦਾ ਤੁਸੀਂ ਸੂਟ ਲਓਗੇ, 1350 ਦਾ ਸੂਟ ਹੋਜੂਗਾ। ਜੇ ਤੁਸੀਂ ਪਲੇਨ ਦੁਪੱਟਾ ਲੈ ਕੇ ਉਹਦੇ ਲੇਸ ਲਗਾ ਲਓਗੇ, 100-150 ਦੀ ਲੈਸ ਲੱਗ ਜੂਗੀ। ਦੇਖੋ ਤੁਸੀਂ ਜ਼ਿਆਦਾ ਦੂਰ ਨਾ ਜਾਓ, 15-16 ਤੱਕ ਤੁਹਾਡਾ ਸੂਟ ਬਣ ਕੇ ਰੈਡੀ ਹੋਜੂਗਾ। ਜੇ ਆਪਾਂ ਵਰਕ ਕਰਿਆ ਹੋਇਆ ਬਾਜ਼ਾਰ ਦੇ ਵਿੱਚ ਲੈਣਾ, ਦੇਖੋ ਨੋਰਮਲ ਆਪਾਂ ਨੂੰ 2500-3000 ਤੋਂ ਘੱਟ ਸੂਟ ਨਹੀਂ ਪੈਂਦਾ ਹੈਗਾ। ਜੇ ਤੁਸੀਂ ਵਰਕ ਵਗੈਰਾ ਨਹੀਂ ਵੀ ਕਰਾਉਣਾ ਤਾਂ ਤੁਸੀਂ ਲੇਸਾਂ ਦੇ ਨਾਲ ਵੀ ਸੂਟ ਨੂੰ ਵਧੀਆ ਤਰੀਕੇ ਨਾਲ ਸਟਿਚ ਕਰ ਸਕਦੇ ਹੋਗੇ। ਤੇ ਇਹ ਸੀ ਆਪਣੀ ਸੂਟਾਂ ਬਾਰੇ ਕਰੇਪ ਦੇ ਬਾਰੇ ਵੀ। ਆਪਣੇ ਕੋਲੇ ਦੇਖੋ ਪਸ਼ਮੀਨੇ ਦੇ ਸੂਟ ਵੀ ਨੇ, ਬਹੁਤ ਜਮਾ ਪਿਓਰ ਦੇ ਵਿੱਚ ਪਸ਼ਮੀਨਾ ਗਾ ਇਹ, ਦੇਖੋ ਕੋਈ ਇਹਨਾਂ ਤੇ ਬੁਰ ਨਹੀਂ ਆਉਂਦਾ, ਕੋਈ ਕਲਰ ਨਹੀਂ ਫੇਟ ਹੁੰਦਾ ਹੈਗਾ, ਨਾ ਹੀ ਇਹ ਛਿਜੇ ਤੇ ਨਾ ਹੀ ਇਹਦਾ ਕੋਈ ਕਲਰ ਵਗੈਰਾ ਜਾਵੇ। ਬਹੁਤ ਸੋਹਣੇ ਸੂਟ ਨੇ ਦੇਖੋ ਆਪਣੇ ਕੋਲੇ ਇਹਦੇ ਵਿੱਚ। ਆਪਣਾ ਇਹ ਵੀ ਤੁਹਾਨੂੰ ਬਹੁਤ ਘੱਟ ਰੇਟ ਤੇ ਦੇਵਾਂਗੇ, ਅਸੀਂ ਬਾਜ਼ਾਰ ਦੇ ਵਿੱਚੋਂ ਖੁਦ ਲੈਤੇ ਵੀ ਸੀਗੇ, ਆਪਾਂ ਨੂੰ 1200 ਦਾ ਸੂਟ ਦਿੰਦੇ ਨੇ, ਕੋਈ 1000 ਦਾ ਸੂਟ ਦਿੰਦੇ ਨੇ, ਇਹ ਤੁਹਾਡੇ ਵਾਸਤੇ ਅਸੀਂ ਸਿਰਫ 800 ਦਾ ਸੂਟ ਦੇਵਾਂਗੇ। ਦੇਖੋ ਇਹ ਜਿਵੇਂ ਆਪਾਂ ਆਮ ਸੂਟ ਲੈ ਕੇ ਆਉਂਦੇ ਹਾਂ ਬਾਜ਼ਾਰ ਦੇ ਵਿੱਚ ਪਸ਼ਮੀਨੇ ਦੇ ਵਿੱਚ, ਉਹ ਆਪਾਂ ਨੂੰ 1200 ਦੀ ਰੇਂਜ ਦੇ ਵਿੱਚ, 1000 ਦੀ ਰੇਂਜ ਦੇ ਵਿੱਚ ਪੈਂਦੇ ਆ, ਇਹ ਸਿਰਫ ਆਪਾਂ ਤੁਹਾਡੇ ਵਾਸਤੇ ਸੂਟ 800 ਦਾ ਸੂਟ ਦੇਵਾਂਗੇ। ਬਹੁਤ ਹੀ ਪਿਆਰੇ ਕਲਰ ਨੇ ਦੇਖੋ, ਇਹਦੇ ਵਿੱਚ ਆਂਟੀਆਂ ਵਾਲੇ ਕਲਰ ਵੀ ਨੇ ਤੇ ਆਮ ਜਿਵੇਂ ਆਪਣੀਆਂ ਲੜਕੀਆਂ ਨੇ ਜਾਂ ਕੋਈ ਲੇਡੀਜ਼ ਵਗੈਰਾ ਨੇ ਆਮ ਨੇ ਪਹਿਨਣੇ, ਉਹਨਾਂ ਵਾਸਤੇ ਵੀ ਨੇਗੇ। ਇਹਨਾਂ ਦੇ ਵਿੱਚ ਆਹ ਕਲਰ ਨੇਗੇ, ਬਹੁਤ ਹੀ ਬਾਜ਼ਾਰ ਨੂੰ ਤੁਹਾਨੂੰ ਸਸਤੇ ਦੇਵਾਂਗੇ, ਕਲਰ ਦੀ ਅਸੀਂ ਗਾਰੰਟੀ ਦੇਵਾਂਗੇ, ਕਲਰ ਬਿਲਕੁਲ ਵੀ ਨਹੀਂ ਫੇਟ ਹੁੰਦਾ ਇਹਨਾਂ ਦਾ ਦੇਖੋ, ਨਾ ਹੀ ਇਹਨਾਂ ਤੇ ਕੋਈ ਬੁਰ ਵਗੈਰਾ ਆਵੇ। ਇਹਨਾਂ ਦੇ ਵਿੱਚ ਆਪਣੇ ਕੋਲੇ ਕਾਫੀ ਕਲਰ ਨੇ, ਆਹ ਆਪਣੇ ਕੋਲੇ ਬਰੀਕ ਪ੍ਰਿੰਟ ਦੇ ਵਿੱਚ ਨੇਗੇ, ਜਿਵੇਂ ਆਂਟੀਆਂ ਵਗੈਰਾ ਨੇ ਪਹਿਨਣੇ ਹੋਣ, ਇਹਨਾਂ ਦੇ ਵਿੱਚ ਵੀ ਕਈ ਕਲਰ ਨੇ ਦੇਖੋ ਆਪਣੇ ਕੋਲੇ, ਇਹ ਵੀ ਤੁਹਾਨੂੰ ਇਸੇ ਰੇਂਜ ਦੇ ਵਿੱਚ ਹੀ ਦੇਵਾਂਗੇ, ਕਿਉਂਕਿ ਪਸ਼ਮੀਨਾ ਹੈਗਾ, ਇਹਨਾਂ ਤੇ ਬੁਰ ਵਗੈਰਾ ਬਿਲਕੁਲ ਵੀ ਨਹੀਂ ਆਉਂਦਾ ਸੂਟ ਦੇ ਉੱਪਰ। ਆਹ ਆਪਣੇ ਸਟਾਲ ਸੂਟ ਆ ਦੇਖੋ, ਇਹਦੇ ਵਿੱਚ ਸਟਾਲ ਵੀ ਦਿੱਤਾ ਹੋਇਆ ਗਾ, ਇਹਦੇ ਨਾਲ ਦੇ ਤੁਹਾਨੂੰ 1-2 ਸੂਟ ਮਿਲ ਜਾਣਗੇ। ਦੇਖੋ ਇਦਾਂ ਦਾ ਇਹਦੇ ਵੀ ਪ੍ਰਿੰਟ ਦਿੱਤਾ ਹੋਇਆ ਗਾ, ਆਹ ਚੀਜ਼ ਹੈ ਇਹਦੀ, ਬਹੁਤ ਹੀ ਪਿਆਰੇ ਕਲਰ ਨੇ ਦੇਖੋ। ਤੋਂ ਇਲਾਵਾ ਕੁੜਤਿਆਂ ਪਜਾਮਿਆਂ ਦੇ ਵਿੱਚ ਵੀ ਕਲਰ ਨੇ, ਗੀਜ਼ਾ ਕਾਟਨ ਦੇ ਵਿੱਚ ਨੇਗੇ, ਵੱਡੇ ਪਣੇ ਦੇ ਵਿੱਚ ਨੇ, 1.5 ਗਜ ਪਣਾ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂਗੇ, ਬਹੁਤ ਹੀ ਵਧੀਆ ਗੀਜ਼ਾ ਕਾਟਨ ਦੇ ਵਿੱਚ ਆ। ਬਾਜ਼ਾਰ ਦੇ ਵਿੱਚ ਆਪਾਂ ਨੂੰ ਜਿਵੇਂ 1500-2000-2500 ਤੱਕ ਵੀ ਆਪਾਂ ਨੂੰ ਕੁੜਤਾ ਪਜਾਮਾ ਲਗਾ ਦਿੰਦੇ ਨੇ, ਆਪਾਂ ਸਿਰਫ ਤੁਹਾਨੂੰ 700 ਰੁਪਏ ਦਾ ਕੁੜਤਾ ਪਜਾਮਾ ਦੇਵਾਂਗੇ। ਤੁਸੀਂ ਆ ਕੇ ਸ਼ੋਪ ਤੇ ਦੇਖ ਸਕਦੇ ਹੋਗੇ ਵੀ ਕੁੜਤਾ ਪਜਾਮਾ ਦੇਖਣ ਸਾਰ ਤੁਹਾਨੂੰ ਆਟੋਮੈਟਿਕ ਹੀ ਪਤਾ ਚੱਲ ਜੂਗਾ। ਦੇਖੋ ਇਹਨਾਂ ਦੇ ਵਿੱਚ ਆਹ ਵਾਲੇ ਕਲਰ ਦਿੱਤੇ ਹੋਏ ਨੇ, ਬਲੈਕ ਆ ਗਿਆ, ਕਰੀਮ ਦੇ ਵਿੱਚ ਆ, ਵਾਈਟ ਆਗਾ, ਇਹਨਾਂ ਦੇ ਵਿੱਚ ਦੇਖੋ ਆਹ ਕਲਰ ਦਿੱਤੇ ਹੋਏ ਨੇ ਕੁੜਤੇ ਪਜਾਮੇ, ਬਹੁਤ ਹੀ ਵਧੀਆ ਦੇ ਵਿੱਚ ਕੱਪੜਾ ਦੇਖੋ, ਤੁਸੀਂ ਆ ਕੇ ਦੇਖ ਸਕਦੇ ਹੋਗੇ ਇਹ ਕੱਪੜੇ ਬਾਰੇ।
ਹਾਂਜੀ ਬਹੁਤ ਹੀ ਵਧੀਆ ਦੇ ਵਿੱਚ ਕੱਪੜਾ ਗਾ, ਬਹੁਤ ਹੀ ਵਧੀਆ, ਆਪਾਂ ਕਹਿ ਨਹੀਂ ਐਂ ਨਹੀਂ ਕਹਿ ਸਕਦੇ ਹੈਗੇ ਵੀ ਇੱਥੇ ਕੋਈ ਬੁਰ ਵਗੈਰਾ ਆਊਗਾ ਜਾਂ ਕੁਛ ਆਊਗਾ। 700 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਕੁੜਤਾ ਦੇਵਾਂਗੇ। ਤੇ ਆਪਣੇ ਕੋਲੇ ਗਰਮੀਆਂ ਦੇ ਵਿੱਚ ਵੀ ਨੇ ਫਿਲਹਾਲ, ਗਰਮੀਆਂ ਵਾਲੇ ਕੱਪੜੇ ਵੀ ਨੇ, ਕੁੜਤੇ ਪਜਾਮੇ ਕਲਰ ਉਹਨਾਂ ਦੇ ਵਿੱਚ ਵੀ ਬਹੁਤ ਪਿਆਰੇ ਪਿਆਰੇ ਲਾਈਟ ਕਲਰ ਨੇਗੇ, ਉਹ ਆਪਾਂ ਸਿਰਫ ਤੁਹਾਨੂੰ 300 ਰੁਪਏ ਦੇ ਵਿੱਚ ਦੇਵਾਂਗੇ। ਜੇ ਕਿਸੇ ਨੂੰ ਵੀ ਜ਼ਰੂਰਤ ਆ, ਦੇਖੋ ਆਪਣੇ ਆਹ ਗੀਜ਼ਾ ਕਾਟਨ ਦੇ ਵਿੱਚ ਜਾਂ ਦੂਸਰੇ ਸਟੱਫ ਦੇ ਵਿੱਚ ਗਰਮੀਆਂ ਵਾਲੇ ਦੇ ਵਿੱਚ, ਤਾਂ ਤੁਸੀਂ ਸਾਡੀ ਸ਼ੋਪ ਤੋਂ ਲੈ ਸਕਦੇ ਹੋਗੇ। ਲੁੱਕ ਐਟ ਮੀ ਬੁਟੀਕ ਆ ਬਰਨਾਲਾ, ਲੱਕੀ ਕਲੋਨੀ, ਗਲੀ ਨੰਬਰ 1।